ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ? ਸਾਰੇ ਠੀਕ ਠਾਕ ਹੋ? ਉਮੀਦ ਕਰਦੇ ਹਾਂ ਸਾਰੇ ਠੀਕ ਹੋ ਗਏ ਅਤੇ ਆਪਾਂ ਵੀ ਠੀਕ ਠਾਕ ਹਾਂ। ਰਾਤੀ ਆ ਗਏ ਇੱਥੇ 2 ਵਜੇ, ਆਪਾਂ ਸੋ ਗਏ ਜੀ ਅਤੇ ਹੁਣ ਇੱਥੋਂ ਲੱਗੇ ਹਾਂ ਆਪਾਂ ਤੁਰਨ। ਚੱਲਦੇ ਹਾਂ ਹੌਲੀ ਹੌਲੀ। ਚਾਹ ਜੋ ਪੀ ਲਈ ਫਰੈਸ਼ ਹੋ ਲਏ ਅਤੇ ਹੁਣ ਨਿਕਲਦੇ ਹਾਂ ਟਾਈਮ ਨਾਲ। ਇੱਕ ਕੰਮ ਲੋ ਮਿੱਤਰੋ, ਟਾਈਮ ਹੋ ਗਿਆ 8 ਵਜਣ ਵਾਲੇ ਹਾਂ ਅਤੇ ਆਪਾਂ ਨੂੰ ਇੱਥੇ ਸੇਲ ਟੈਕਸ ਵਾਲਿਆਂ ਨੇ ਰੋਕਿਆ ਸੀ, ਕਾਗਜ਼ ਕੁਗਜ਼ ਦਿਖਾ ਕੇ ਅਤੇ ਆਪਾਂ ਨੂੰ ਲੱਗੇ ਹਾਂ ਤੁਰਨ। ਆਪਾਂ ਪਹੁੰਚ ਗਏ ਹਾਂ ਇੱਥੇ ਮਥੁਰਾ ਟੋਲ ਪਲਾਜ਼ੇ ਦੇ। ਲੈ ਵੀ ਮਿੱਤਰ, ਹਾਂਜੀ ਫੜ ਅਤੇ ਹੁਣ ਚੱਲਦੇ ਹਾਂ। ਕਾਕੂ ਕਹਿੰਦਾ ਰੋਟੀ ਖਾਵਾਂਗੇ 11 ਵਜੇ, ਮੈਂ ਕਿਹਾ ਹਾਲੇ ਕੋਈ ਪਤਾ ਨਹੀਂ 11 ਵਜੇ ਵੀ ਮਿਲੇਗੀ ਕਿ ਨਹੀਂ ਮਿਲੇਗੀ। ਕਾਕੂ ਦੀ ਗੱਡੀ ਰੋਕ ਲਈ, ਕਿਰਪਾ ਦੂਰੀ ਬਣਾਈ ਰੱਖੇ, ਸਾਈਡ ਮਿਲਣੇ ਪਰ ਜਗ੍ਹਾ ਦੇ ਜਾਏਗੀ, ਅੱਡੀ ਜਗ੍ਹਾ ਪਈ ਫਿਰ ਵੀ ਵਿੱਚ ਲਾਈ। ਲੋ ਜੀ ਟਾਈਮ ਹੋ ਗਿਆ 9:13 ਅਤੇ ਆਪਾਂ ਪਹੁੰਚ ਗਏ ਹਾਂ ਮੱਲੂਪੁਰ। ਯਮੁਨਾ ਐਕਸਪ੍ਰੈਸ ਦਾ ਲਾਸਟ ਟੋਲ ਜਿਹੜਾ ਤੀਸਰਾ ਉਹ ਪਾਰ ਕੀਤਾ ਅਤੇ ਹੁਣ ਆਪਾਂ ਇਸ ਤੋਂ ਬਾਅਦ ਅੱਗੇ ਆਏਗਾ ਤਾਜ ਐਕਸਪ੍ਰੈਸ ਲਾਲ ਝੋਪੜੀ ਵਾਲਾ ਟੋਲ ਅਤੇ ਚਾਹ ਚੂ ਪੀਂਦੇ ਹਾਂ। ਬੰਦੇ ਨੂੰ ਭੁੱਖ ਲੱਗੀ ਆ, ਕਹਿੰਦਾ ਨੀਂਦ ਨਹੀਂ ਆ ਰਹੀ, ਜਦੋਂ ਗੱਡੀ ਚਲਾਵਾਂ ਫਿਰ ਨੀਂਦ ਆ ਜਾਏਗੀ। ਅਤੇ ਮਿਲਦੇ ਹਾਂ ਤੁਹਾਨੂੰ ਚਾਹ ਚੂ ਪੀ ਕੇ, ਦੇਖਦੇ ਹਾਂ ਇੱਥੇ ਕੀ ਮਿਲੇਗਾ ਖਾਣ ਨੂੰ। ਆ ਪਾਣੀ ਟੈਂਕੀ ਦੇ ਛੋਲੇ ਪੀਲਾ ਮਾਰੀ। ਮਿੱਤਰੋ ਸ਼ੁਰੂ ਕੇ ਸੀ ਆਪਾਂ ਇੱਥੇ ਅਤੇ ਨਾਲੇ ਪਕੌੜੇ ਖਾਧੇ ਅਤੇ ਨਾਲੇ ਰਾਜਮਾਂਹ ਚੌਲ, ਚਾਹ ਆਪਾਂ ਪੀ, ਮਿੱਠਾ ਪਾਇਆ ਸੀ ਡਬਲ ਡਬਲ ਕਿਉਂਕਿ ਘੱਟ ਮਿੱਠੇ ਨਾਲ ਆਪਣਾ ਸਰਦਾ ਨਹੀਂ। ਸ਼ੂਗਰ 5 ਗ੍ਰਾਮ ਅਤੇ 20 ਕੁ ਗ੍ਰਾਮ ਚਾਹ ਹੋਣੀ ਮੇਰੇ ਹਿਸਾਬ ਨਾਲ, ਕਿ ਨਹੀਂ? ਅਤੇ ਇੱਕ ਫੈਮਲੀ ਮਿਲੀ ਆ, ਕਹਿੰਦੀ ਪੜ੍ਹੇ ਲਿਖੇ ਅਨਪੜ੍ਹ ਲੋਕ, ਪਿੱਛੇ ਦੇਖ ਰਹੇ ਤੁਸੀਂ ਕਿੰਨਾ ਰੌਲਾ ਪਾ ਰਹੇ ਨੇ, ਜਿੱਦਾਂ ਇਹਨਾਂ ਦੇ ਪਿਓ ਦਾ ਰੈਸਟੋਰੈਂਟ ਹੁੰਦਾ। ਫੋਨ ਕਿੱਦਾਂ ਆ ਗਿਆ? ਲੋ ਜੀ ਮਿੱਤਰੋ ਟਾਈਮ ਹੋ ਗਿਆ 1:30 ਵਜੇ, ਹੈ ਨਾ 1:30 ਵਜੇ ਨਾ ਕਾਕੂ? 2 ਵਜ ਗਏ ਅਤੇ ਆਪਾਂ ਰੁਕੇ ਹਾਂ ਇਟਾਵਾ ਪਾਰ ਕਰਕੇ ਰੋਟੀ ਖਾਣ ਵਾਸਤੇ। ਲਖਨਊ ਆਗਰਾ ਐਕਸਪ੍ਰੈਸ ਤੋਂ ਉੱਤਰ ਗਏ ਸੀ ਅਤੇ ਉਹ ਖੜ੍ਹੀ ਆਪਣੀ ਗੱਡੀ ਘੋੜੇ ਦੇ ਪਰਲੇ ਪਾਸੇ, ਸੇਬ ਭਾਜੀ ਲਵਾਈ ਆ ਅਤੇ ਮਿਲਦੇ ਹਾਂ ਤੁਹਾਨੂੰ ਰੋਟੀ ਖਾ ਕੇ। ਪਾਣੀ ਦੀ ਬੋਤਲ ਦੇ ਦਿਓ ਸਤਾਰੇ, ਪਾਣੀ ਦੀ ਬੋਤਲ।
ਤੇਰੀ ਭੈਣ ਦੀ। ਲਓ ਵੀ ਮਿੱਤਰੋ ਟਾਈਮ ਹੋ ਗਿਆ, ਟਾਈਮ ਦਾ ਤਾਂ ਪਤਾ ਨਹੀਂ ਕਿੰਨਾ ਹੋ ਗਿਆ, 3+ ਹੀ ਹੋ ਗਏ, 3-4 ਤੋਂ ਉੱਪਰ ਹੀ ਹੋ ਗਿਆ ਹੋਣਾ, ਕਿਉਂਕਿ ਰੋਟੀ ਖਾ ਕੇ ਚੱਲੇ ਹਾਂ ਅਸੀਂ। 70 ਕਿਲੋਮੀਟਰ ਆ ਗਏ, 70-75 ਕਿਲੋਮੀਟਰ, ਅਤੇ ਕਾਰ ਆਇਆ ਵੀ 10-12 20-25 ਮੰਨ ਕੇ ਚੱਲੋ, 20-25 ਕਿਲੋਮੀਟਰ ਰਹਿ ਗਿਆ, ਕਾਫੀ ਥੋੜ੍ਹੀ ਦੇਰ ਲੰਮਾ ਪਿਆ। ਆਪਾਂ ਚਲਾ ਰਹੇ ਹਾਂ ਗੱਡੀ, ਕਾਨਪੁਰ ਪਾਰ ਕਰਕੇ ਥੋੜ੍ਹੀ ਦੇਰ ਰੁਕਦੇ ਹਾਂ, ਟਾਇਰਾਂ ਨੂੰ ਹਵਾ ਲਵਾਉਂਦੇ ਹਾਂ, ਉਸ ਤੋਂ ਬਾਅਦ ਚੱਲਾਂਗੇ, ਕਿਉਂਕਿ ਇੱਕ ਜੋੜਾ ਆਪਣਾ ਰਬੜ ਵਾਲਾ ਉਹਨੂੰ ਸਾਹ ਦਵਾ ਦਵਾ ਕੇ ਹੀ ਲਿਜਾਣਾ ਪਏਗਾ, ਨਹੀਂ ਤਾਂ ਜੇ ਧੱਕਾ ਕਰਾਂਗੇ ਰੁੱਸ ਵੀ ਸਕਦਾ, ਇਸ ਕਰਕੇ ਨਾਲੇ ਆਪਾਂ ਨੂੰ ਕਿਹੜਾ ਕੋਈ ਕਾਲੀ ਵਾਲਾ ਚੱਕਰ ਹੈ, ਆਰਾਮ ਨਾਲ ਜਾਵਾਂਗੇ। ਇਹ ਤਾਂ ਮੈਂ ਥੋੜ੍ਹੀ ਜਿਹੀ ਤਾਂ ਖਿੱਚੀ ਆ, ਪਰਲੇ ਪਾਸੇ ਡੀਜ਼ਲ ਹੁੰਦਾ ਪਿਆ ਸੀ, ਲੀਕ 30-35 ਲੀਟਰ ਤੇਲ ਰਹਿ ਗਿਆ ਸੀ ਪਰੇ, ਅਤੇ ਇੱਧਰ ਜਿਹੜਾ ਵੀ ਮੈਂ ਕਿਹਾ ਚੱਲ ਮਾੜੀ ਜਿਹੀ ਭਜਾ ਜਾਈਏ, ਇੱਧਰ ਵਾਲੇ ਪਾਸੇ 10-20 ਲੀਟਰ ਤੇਲ ਘੱਟ ਜਾਏਗਾ ਛੇਤੀ, ਅਤੇ ਉੱਧਰੋਂ ਆਪਾਂ ਮੋਟਰ ਚਲਾ ਦਿੱਤੀ। ਮੈਂ ਇੱਧਰ ਆ ਜਾਏਗਾ, ਪਰਲੇ ਵਾਲੀ ਟੈਂਕੀ ਖਾਲੀ ਹੋ ਜਾਏਗੀ। ਲਓ ਮਿੱਤਰੋ, ਕੀ ਹਾਲ ਆ ਭਾਅ ਜੀ, ਮਿਲਿਆ ਨੂੰ ਤੇ ਆਪਾਂ ਨੂੰ ਕਿੰਨੀ ਦੇਰ ਹੋ ਗਈ। ਮੈਂ ਚੱਲ ਭਾਈ, ਵਲੋਗ ਆਪਾਂ ਚੱਲਦੇ ਹੀ ਪਿਆ ਸਵੇਰ ਦਾ, ਮੈਂ ਭਾਈ ਨੂੰ ਵੀ ਲੈ ਲੈਂਦੇ ਹਾਂ, ਵੈਸੇ ਭਾਈ ਆਪਣੀ ਸਾਰੀ ਵੀਡੀਓ ਵੇਖਦੇ ਆ। ਕਿਹੜਾ ਪਿੰਡ ਭਾਈ ਦਾ? ਅੰਮ੍ਰਿਤਸਰ। ਖਾਸ ਅੰਮ੍ਰਿਤਸਰ ਕਿ ਕੋਈ ਪਿੰਡ ਹੈ? ਨਹੀਂ ਨਹੀਂ ਅੰਮ੍ਰਿਤਸਰ। ਠੀਕ ਹੈ, ਅਤੇ ਭਾਈ ਦੀ ਗੱਡੀ ਖੜੀ ਆ ਉਹ ਸਾਹਮਣੇ, ਉੱਥੇ ਉਹ ਡੱਬਾ ਖੜਿਆ ਘੋੜੇ ਦੇ ਪਿਛਲੇ ਪਾਸੇ। ਚਲੋ ਕਰਦੇ ਆਪਾਂ ਭਾਈ ਨਾਲ ਗੱਲਬਾਤ, ਫਿਰ ਮਿਲਦੇ ਆ ਤੁਹਾਨੂੰ। ਲੋ ਵੀ ਮਿੱਤਰੋ, 6:06 ਹੋ ਗਿਆ ਸ਼ਾਮ ਦੇ, ਅਤੇ ਅੱਜ ਤਰੀਕ ਹੋ ਗਈ ਆ 8 ਮਈ, ਮਤਲਬ 5ਵਾਂ ਮਹੀਨਾ 2024, ਅਤੇ ਆਪਾਂ ਕੁਛ ਯੂਟਿਊਬ ਦਾ ਕੋਈ ਮੈਸੇਜ ਆ, ਆਪਾਂ ਪਹੁੰਚ ਗਏ ਹਾਂ ਕਾਨਪੁਰ ਸਿਟੀ ਵਾਲੇ ਬ੍ਰਿਜ 'ਤੇ, ਅਤੇ ਲਗਭਗ 8.5 ਕਿਲੋਮੀਟਰ ਆ ਗਏ ਹਾਂ, ਅਤੇ ਆਪਾਂ ਫੁੱਲ ਚੱਲਦਾ ਹੀ ਪਿਆ, ਅਤੇ ਬਾਈ ਮਿਲਿਆ ਸੀ, ਠੰਡਾ ਠੁੰਡਾ ਪੀਤਾ, ਅਤੇ ਬਾਈ ਸਾਨੂੰ ਪਹਿਲੇ ਹੀ ਮਿਲਿਆ ਸੀ 2-2.5 ਸਾਲ ਪਹਿਲੇ, ਉਦੋਂ ਮੈਂ ਕੈਂਟਰ 'ਤੇ ਸੀ ਜਦੋਂ ਮੈਨੂੰ ਮਿਲਿਆ ਸੀ, ਸਾਡੇ ਅੰਬਾਲੇ ਚਾਹ ਪੱਤੀ ਲੈ ਕੇ ਆਇਆ ਸੀ, ਅਤੇ ਰਾਤੀ ਦੇਖਦੇ ਹਾਂ ਅਸੀਂ ਕਿੱਥੇ ਤੱਕ ਪਹੁੰਚਾਂਗੇ, ਅਤੇ ਰਾਤੀ ਅੱਜ ਅਸੀਂ ਸੋਵਾਂਗੇ ਟਾਈਮ ਨਾਲ ਹੀ, ਕਿਤੇ ਲਾ ਕੇ ਸਵੇਰੇ ਉੱਠ ਕੇ ਛੇਤੀ ਚੱਲਾਂਗੇ। ਅੱਜ ਵੈਸੇ ਹੀ ਲੇਟ ਹੋ ਗਏ, ਪਰ ਫਿਰ ਵੀ ਠੀਕ ਹੀ ਰਹਿ ਗਏ, ਇੰਨੇ ਲੇਟ ਵੀ ਨਹੀਂ ਹੋਏ ਕਿ ਨਹੀਂ। ਮੈਂ ਕਿਹਾ ਅੱਜ ਵੈਸੇ ਹੀ ਲੇਟ ਤੁਰੇ ਹਾਂ ਉੱਥੋਂ, ਪਰ ਫਿਰ ਵੀ ਠੀਕ ਹੀ ਰਹਿ ਗਏ। ਕੱਲ੍ਹ 5:15 ਅੰਬਾਲਿਓ ਨਿਕਲਿਆ ਸੀ ਮੈਂ, ਅਤੇ 6 ਵੱਜ ਗਏ, ਸਮਝ ਲਓ 25 ਘੰਟਿਆਂ 'ਚ 750 ਕਿਲੋਮੀਟਰ ਸਫ਼ਰ ਕੀਤਾ।
ਜੇ ਦੇਖਿਆ ਜਾਏ ਘੱਟ ਵੀ ਨਹੀਂ ਹੈ ਕਿ ਨਹੀਂ ਸੁੱਤੇ ਵੀ ਗਰਮੀ ਵੀ ਹੈ ਸੁੱਤੇ ਵੀ ਫਿਰ ਮਿੱਤਰੋ ਰੋਟੀ ਖਾ ਲਈ ਆਪਾਂ ਉਹ ਸਾਹਮਣੇ ਹੋਟਲ ਘੋੜੀ ਵਾਲਿਆਂ ਅਤੇ ਬਾਈ ਦੀ ਉੱਥੇ ਟਾਇਰਾਂ ਦੀ ਦੁਕਾਨ ਆ ਅਤੇ ਘਰ ਬਾਈ 'ਤੇ ਪ੍ਰੋਬਲਮ ਹੋ ਗਈ ਅਤੇ ਤਾਂ ਜਾਣਾ ਯੂਟਿਊਬ 'ਤੇ ਡਾਲਤਾ ਮੈਂ ਹਾਂ ਅਤੇ ਹੁਣ ਚੱਲਦੇ ਹਾਂ ਆਪਾਂ ਪਰੌਂਠਾ ਪਰੌਂਠਾ ਖਾ ਕੇ ਨਿਬੜ ਗਿਆ ਆਪਣਾ ਕੰਮ ਲਓ ਜੀ ਮਿੱਤਰੋ ਟਾਈਮ ਹੋ ਗਿਆ ਕਿਆ ਟਾਈਮ ਹੋ ਗਿਆ ਆਪਣੇ ਹਰਿਆਣੇ ਨਾਲੋਂ ਵੀ ਠੰਡਾ ਪਾਣੀ ਪੀ ਕੇ ਵੀ ਵੇਖ ਲੈ ਸਵਾਦ ਵਧੀਆ ਤੇ ਬੰਦਾ ਲੱਗਿਆ ਕੈਂਪਰ ਭਰਨ ਵਾਸਤੇ ਮਿੱਤਰੋ 123 ਲੀਟਰ ਤੇਲ ਆਇਆ ਅਤੇ ਗੱਡੀ ਚੱਲ ਗਈ 400 ਕਿਲੋਮੀਟਰ 3.2 ਦੀ ਐਵਰੇਜ ਦਿੱਤੀ ਗੱਡੀ ਨੇ ਨਾਲੇ ਉੱਥੋਂ ਕੂਲਰ 'ਚ ਪਾਇਆ ਠੰਡਾ ਪਾਣੀ ਨਾਲੇ ਕੈਂਪਰ ਭਰ ਲਿਆ ਠੰਡੇ ਪਾਣੀ ਦਾ ਅਤੇ ਬਾਕੀ ਆ ਕੇ ਜੇ ਹੁਣ ਕਿਤੇ ਬਰਫ਼ ਮਿਲ ਜੇ 10-15 ਰੁਪਏ ਦੀ ਅਤੇ ਆਪਣੀ ਗੱਡੀ 'ਚ ਪਾਣੀ ਹੋ ਜਾਣਾ ਐਨ ਚਿਲਡ ਜੇ ਬਰਫ਼ ਮਿਲ ਗਈ ਤੇ ਨਹੀਂ ਤਾਂ ਵੈਸੇ ਵੀ ਠੰਡਾ ਹੀ ਹੈ ਕੋਈ ਦਿੱਕਤ ਵਾਲੀ ਲਓ ਵੀ ਮਿੱਤਰੋ ਟਾਈਮ ਹੋ ਗਿਆ 11:10 ਅਤੇ ਆਪਾਂ ਪਹੁੰਚ ਗਏ ਹਾਂ ਨੌਬਤਪੁਰ ਬਾਰਡਰ 'ਤੇ ਅਤੇ ਬਾਰਡਰ ਦੀ ਸੜਕਾਂ ਦਾ ਸਾਰੇ ਪਾਸੇ ਸਾਰੀਆਂ ਸੜਕਾਂ ਐਵੇਂ ਜਿੱਦਾਂ ਆਪ ਹੀ ਤੋੜੀਆਂ ਹਨ ਇਹਨਾਂ ਨੇ ਅਤੇ ਕੂਲਰ 'ਚ ਠੰਡਾ ਪਾਣੀ ਪਾਇਆ ਠੰਡੀ ਹਵਾ ਆ ਰਹੀ ਹੈ ਹੈ ਨਾ ਅਤੇ ਬੰਦਾ ਹਵਾ ਰੋਕ ਕੇ ਹੀ ਬੈਠਿਆ ਅਤੇ ਇੱਥੇ ਦੇਣਾ ਆਪਾਂ 500 ਵਾਲਾ ਗਾਂਧੀ ਅਤੇ ਬਾਹਰ ਹੋ ਜਾਣਾ ਵੈਸੇ ਤਾਂ ਜੇ ਆਪਾਂ ਨੂੰ ਇੱਧਰ ਪੱਕਾ ਚੱਲਣਾ ਹੋਏ ਫਿਰ ਤਾਂ ਮਕੈਨੀਕਲ ਕਟਾ ਲੈਣਾ ਚਾਹੀਦਾ ਹੁਣ ਆਪਾਂ 21 ਚੱਕਰ ਲਾਉਣਾ 400 ਵੀ ਲੱਗ ਜਾਂਦਾ ਇੱਥੇ ਕਈ ਵਾਰ 400 'ਚ ਵੀ ਨਿਕਲ ਜਾਂਦਾ ਹੁਣ ਖੁੱਲ੍ਹੇ ਪੈਸੇ ਹੈ ਨਹੀਂ ਲਓ ਵੀ ਮਿੱਤਰੋ ਟਾਈਮ ਹੋ ਗਿਆ 1:05
ਤੇ ਆਪਾਂ ਪਹੁੰਚ ਗਏ ਔਰੰਗਾਬਾਦ। ਔਰੰਗਾਬਾਦ ਕ੍ਰੋਸ ਕਰ ਲਿਆ ਸਮਝ ਲਓ। ਤੇ ਬਾਈ ਅੱਗੇ ਅੱਗੇ ਇੱਕ ਗੱਡੀ ਆ ਰਹੀ ਆ, ਇਹ ਗੱਡੀ ਦੇ ਅੱਗੇ ਤੁਹਾਨੂੰ ਦੇਖਦੀ ਵੀ ਹੈਗੀ ਮਾੜੀ ਮਾੜੀ। ਦੇਖੋ ਬੰਦਾ ਕਿੰਨਾ ਤਕੜਾ ਰਿਸਕ ਲੈਂਦਾ ਪਿਆ, ਉਹਦਾ ਮਾਲ ਇੱਕ ਪਾਸੇ ਨੂੰ ਗਿਰ ਗਿਆ ਸਾਰਾ। ਅਤੇ ਜਦੋਂ ਗੱਡੀ ਕਿਤੇ ਡਿਵਰਸਨ ਵਗੈਰਾ 'ਤੇ ਚੜ੍ਹਦੀ ਆ ਨਾ, ਅਤੇ ਬਸ ਪਿੱਛੋਂ ਤਾਂ ਐਂ ਹੋ ਜਾਂਦਾ, ਬਸ ਗਿਰ ਹੀ ਜਾਏਗੀ। ਉਹ ਜਾ ਰਹੀ ਆ ਸਾਹਮਣੇ, ਦੇਖੋ ਕਿੰਨੀ ਬਾਹਰ ਹੈ ਗੱਡੀ ਤੋਂ, ਹੈ ਉਹਦੇ ਬਰਾਬਰ ਹੀ ਹੈ, 2-2.5 ਫੁੱਟ ਮਾਲ ਉਹਦਾ ਬਾਹਰ ਆਇਆ ਪਿਆ। ਟਾਟਾ ਦੀ ਹੈ ਇਹ, ਦੇਖੋ ਬਾਈ ਇੱਧਰ ਵਾਲਾ ਟਾਇਰ ਦੇਖ ਲਓ ਲਿਫਟ ਦਾ। ਤੇ ਕੋਈ ਗੱਲ ਨਹੀਂ, ਮਿਰਚਾਂ ਭਰੀਆਂ ਨੇ, ਤੂੰ ਇੰਨੀ ਕਾਲੀ ਕਿਉਂ ਕਰਦਾ ਹੁੰਦਾ? ਬੜੀ ਜਲਦੀ ਕਰਦੇ ਨੇ ਭਈਆ, ਛੋਟੀ ਗੱਡੀਆਂ ਵਾਲੇ ਹੁੰਦੇ ਨੇ ਨਾ ਜਿਹੜੇ, ਇਹਨਾਂ ਨੂੰ ਬੜੀ ਅੱਗ ਲੱਗੀ ਹੁੰਦੀ ਆ। ਤੇ ਸਾਵਧਾਨ, ਅੱਗੇ ਗਾੜੀ ਟੇਢੀ ਜਾ ਰਹੀ ਹੈ, ਪਿੱਛੇ ਲਿਖਿਆ ਆਈ। ਭਾਈ 86 ਜਵਾਲ ਆ ਗਿਆ ਦੀ, ਮੇਰੇ ਹਿਸਾਬ ਨਾਲ 86 ਜਵਾਲ ਆ ਗਿਆ ਹੋਣਾ, ਜਿਹੜੇ ਹਿਸਾਬ ਨਾਲ ਟੇਢੀ ਹੋਈ ਫਿਰਦੀ ਆ। ਪਹਿਲੇ ਹੀ ਜੇ ਰੱਸੇ ਰੁੱਸੇ ਐਨ ਵਧੀਆ ਕਰਕੇ ਪਹਿਲੇ ਹੀ ਮਾਰੇ ਹੁੰਦੇ ਨਾ, ਤੇ ਇਹ ਕੰਮ ਹੋਣਾ ਨਹੀਂ ਸੀ। ਇੱਧਰ ਵਾਲਾ ਟਾਇਰ ਥੱਲੇ ਲਾਇਆ, ਪਰਲੇ ਵਾਲਾ ਚੱਕਿਆ। ਐ 15 ਟਾਇਰੀ ਏਡੀ, 15 ਟਾਇਰੀ ਆ ਤੇਰੀ ਬਾਣਗਾ ਤੇਰੀ। ਹਾਂਜੀ ਮਿੱਤਰੋ, ਦੇਵੀ ਔਰ ਸੱਜਣਾ, ਟਾਈਮ ਹੋ ਗਿਆ 1:54 ਤੇ ਆਪਾਂ ਪਹੁੰਚ ਗਏ ਹਾਂ ਫਿਲਹਾਲ। ਅਸੀਂ ਜਾ ਰਹੇ ਹਾਂ 60 ਦੀ ਸਪੀਡ ਤੇ, ਤੇ ਅੱਜ ਦੂਜਾ ਦਿਨ ਸਾਡਾ ਵਲੋਗ ਚੱਲਦਾ ਪਿਆ ਖਤਮ। ਰਾਤੀ ਮੈਂ ਸੋਚਿਆ ਸੀ ਪਹਿਲੇ 7-8 ਮਿੰਟ ਦਾ ਬਣਿਆ ਸੀ, ਬਣਾ ਕੇ ਪਾ ਦਈਏ, ਫਿਰ ਮੈਂ ਚੱਲ ਥੋੜ੍ਹਾ ਜਿਹਾ ਵਧਾ ਲੈਂਦੇ ਹਾਂ, 2 ਦਿਨ ਦਾ ਕਰ ਦਿੰਦੇ ਹਾਂ। ਅਤੇ ਕਮੈਂਟ ਕਰਕੇ ਦੱਸਿਓ ਸਾਡੇ ਕੋਲ ਦਾ ਰੱਖ ਲਾਇਆ ਕੁੜੀਆਂ ਵਾਲਾ ਕੋਈ ਕਈ ਪੀਸ ਪਿਆ ਸੀ, ਆਪਾਂ ਮੈਂ ਚੱਲ ਯਾਰ ਲਾ ਲਈਏ। ਅਤੇ ਬਾਕੀ ਬੜਾ ਬਚਾ ਰਿਹਾ ਕੂਲਰ ਕਰਕੇ, ਹੈ ਨਾ, ਇਹਨੇ ਬਹੁਤ ਬਚਾਇਆ, ਇਹਨੇ ਬਹੁਤ ਬਚਾਇਆ ਸਾਨੂੰ, ਪੈਸੇ ਲੱਗ ਰਹੇ ਨੇ ਥੋੜ੍ਹੇ ਜਿਹੇ ਪਰ ਬਚਾਇਆ। 2500 ਰੁਪਏ ਚ ਹੋਰ ਕੀ ਚਾਹੀਦਾ, ਰਾਤੀ ਠੰਡ ਲੱਗਣ ਲਾ ਦਿੰਦਾ ਦਿਨੇ, ਚਾਹੇ ਕੁਛ ਕਰੇ ਨਾ ਕਰੇ। ਹੁਣ ਪਤਾ ਨਹੀਂ ਰਾਤੀ ਵੈਸੇ ਹੀ ਮੌਸਮ ਠੰਡਾ ਆ ਜਾਂਦਾ ਤਾਂ ਸਾਨੂੰ ਲੱਗਦੀ ਆ ਠੰਡ।
ਤੇ ਰੋਡ ਦਾ ਕੰਮ ਚੱਲਦਾ ਪਿਆ। ਕਦੀ ਕੱਢ ਲਓ ਗੇਅਰ, ਕਦੀ ਪਾ ਲਓ, ਕਦੀ ਕੱਢ ਲਓ, ਕਦੀ ਪਾ ਲਓ, ਮਤਲਬ ਕਦੀ ਵੱਡਾ ਪਾ ਲਓ, ਕਦੀ ਛੋਟਾ ਪਾ ਲਓ, ਪਾਓ ਪਾਓ ਪਾਓ। ਸਾਰੇ ਜਾਣੇ ਗੇਅਰ ਪਾਓ, ਤੁਸੀਂ ਵੀ ਪਾਓ, ਮੈਂ ਵੀ ਪਾਵਾਂ। ਹੁਣ ਬਾਰਡਰ ਆਏਗਾ ਝਾੜਖੰਡ ਦਾ, ਡੋਬੀ ਬਾਰਡਰ, ਉਸ ਤੋਂ ਬਾਅਦ ਆਪਾਂ ਵੜ ਜਾਏ ਝਾੜਖੰਡ 'ਚ। ਝਾੜਖੰਡ ਤੋਂ ਬਾਅਦ ਆਏਗਾ ਚਿਰਕੁੰਡਾ, ਮਤਲਬ ਕਾਫੀ ਅੱਗੇ ਜਾ ਕੇ, ਸਟੇਟ ਦੀ ਗੱਲ ਕਰ ਰਿਹਾ, ਸ਼ਹਿਰ ਦੀ ਨਹੀਂ। ਝਾੜਖੰਡ ਤੋਂ ਬਾਅਦ ਆਏਗਾ ਚਿਰਕੁੰਡਾ ਬਾਰਡਰ, ਉੱਥੋਂ ਬੰਗਾਲ ਸ਼ੁਰੂ ਹੋ ਜਾਏਗਾ, ਅਤੇ ਆਪਣੀ ਹੱਦ ਬੰਗਾਲ ਤੱਕ ਹੀ ਆ, ਉਸ ਤੋਂ ਅੱਗੇ ਆਪਾਂ ਜਾਣਾ ਨਹੀਂ, ਬੰਗਾਲ ਤੋਂ ਹੀ ਵਾਪਸ ਆ ਜਾਵਾਂਗੇ। ਇੱਕ ਮੇਰਾ ਦਿਲ ਕਰਦਾ ਪਿਆ ਕਲਕੱਤੇ ਮਾਲ ਭਰ ਲਈਏ ਕਿ ਆਪਾਂ ਡਿਬਰੂਗੜ੍ਹ ਸਾਈਡ ਦਾ, ਤਿੰਨਸੁਖੀਆ ਡਿਬਰੂਗੜ੍ਹ, ਉੱਧਰ ਪਲਾਸਟਿਕ ਦਾਣਾ ਭਰ ਕੇ ਲਿਆਵਾਂ। ਇੱਕ ਜੀ ਕਰ ਰਿਹਾ ਸ਼੍ਰੀਨਗਰ ਦੀ ਭਰਾਂ, ਇੱਕ ਜੀ ਕਰ ਰਿਹਾ ਪੰਜਾਬ ਦੀ ਭਰ ਲਈਏ, ਉੱਥੋਂ ਸ਼੍ਰੀਨਗਰ ਵਾਪਸ ਜਾਵਾਂਗੇ, ਨਹੀਂ ਤਾਂ ਇੱਕ ਦੋ ਚੱਕਰ ਕਲਕੱਤੇ ਦਾ ਹੀ ਲਾਵਾਂਗੇ, ਦੇਖਦੇ ਹਾਂ ਕਿੱਦਾਂ ਕੀ ਕਰਨਾ। ਬਾਕੀ ਮਿਲਦੇ ਹਾਂ ਤੁਹਾਨੂੰ, ਚੱਲ ਕੇ ਅੱਗੇ ਨਹਾਈਏ, ਨਹਾਉਣਾ ਨਹਾ ਲਈਏ ਯਾਰ, ਅੱਗੇ ਚੱਲ ਕੇ ਨਹਾਉਂਦੇ ਹਾਂ। ਆਹ ਦੇਖ ਲਓ ਬਾਈ, ਗੱਡੀਆਂ ਵਾਲਿਆਂ ਨੂੰ ਲੁੱਟਣ ਦੀ ਕੋਸ਼ਿਸ਼ ਹੋ ਰਹੀ ਹੈ, ਚੋਰ 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 ਚੋਰ। ਉਹ ਕਿੰਨੇ ਪੈਸੇ ਲਏਗਾ? ਹਾਂ ਕਿੰਨਾ? 300। ਆਪਣੇ ਆਪ ਨਿਕਾਲ ਦੇਗਾ, ਦੇਖੀ ਤੇਰੀ ਸਾਈਡ ਬੜਾ ਕਰ ਲੈ ਭੈਣ ਦਿਆ ਦੀਨੇ ਆ। ਉਹ ਵੈਸੇ ਵੀ ਇਹਨਾਂ ਨੇ 300 ਲੈਣਾ ਹੁੰਦਾ, ਇਹਨਾਂ ਨੂੰ ਲੈ ਜਾ ਤਾਂ ਵੀ 300 ਹੀ ਲੈਣਾ। ਲਓ ਵੀ ਮਿੱਤਰੋ, ਬਾਰਡਰ ਹੋ ਗਿਆ ਨਾਲ ਦੀ ਨਾਲ ਪਾਰ, ਇੱਕ ਮਿੰਟ ਵੀ ਨਹੀਂ ਲੱਗਿਆ, ਇੱਕ ਮਿੰਟ ਵੀ। ਅਤੇ ਜੇ ਆਪਾਂ ਮੋਟਰਸਾਈਕਲ ਵਾਲਿਆਂ ਨੂੰ ਕਰਕੇ ਲੈ ਆਉਂਦੇ ਹਾਂ, ਫਿਰ ਕਈ ਵਾਰ ਟਾਈਮ ਖਰਾਬ ਵੀ ਹੋ ਜਾਂਦਾ, ਕਿਉਂਕਿ ਇਹਨਾਂ ਨੇ ਘੱਟ 'ਚ ਕੱਢਣੀ ਹੁੰਦੀ ਆ ਗੱਡੀ, ਇੱਥੋਂ 200-250 'ਚ, 50 ਕੁ ਰੁਪਈਆ ਮੇਰੇ ਖਿਆਲ ਨਾਲ ਬਚਦੇ ਹੋਣੇ ਇਹਨਾਂ ਨੂੰ। ਅਤੇ ਵੈਸੇ ਵੀ ਉਹ 300 ਮੰਗਦਾ ਪਿਆ ਸੀ, ਅਤੇ ਆਪਾਂ ਵੀ 300 ਹੀ ਦਿੱਤਾ। ਇੱਧਰ ਕਾਕੂ ਪ੍ਰਧਾਨ ਜੀ ਬੈਠੇ ਨੇ, ਚੱਲ ਗਏ ਚਪਾਰਨ, ਘਾਟ ਪਾਰ ਕਰਕੇ ਰੋਟੀ ਖਾਵਾਂਗੇ ਲਵਲੀ ਦੇ ਹੋਟਲ 'ਤੇ, ਉਸ ਤੋਂ ਬਾਅਦ ਰੋਟੀ ਖਾਵਾਂਗੇ ਬੰਗਾਲ ਦੇ ਵਿੱਚ। ਹੁਣ ਡਿਨਰ ਸਾਡਾ, ਲੰਚ ਸਾਡਾ ਇੱਥੇ ਹੋਣਾ ਝਾੜਖੰਡ 'ਚ, ਡਿਨਰ ਆਪਾਂ ਕਰਾਂਗੇ ਬੰਗਾਲ 'ਚ ਜਾ ਕੇ, ਠੀਕ ਹੈ ਮਿੱਤਰ? ਉਹ ਆਪਾਂ ਲੰਚ ਕਰਕੇ ਡਿਨਰ ਆਪਾਂ ਸਟੇਟ ਬਦਲ ਦੀ ਵੀ ਹੁੰਦੀ ਆ ਡਿਨਰ ਵਾਸਤੇ, ਕਿ ਨਹੀਂ? ਅਤੇ ਹੁਣ ਮਿਲਦੇ ਹਾਂ ਤੁਹਾਨੂੰ, ਚੱਲ ਗਏ ਲਵਲੀ ਦੇ ਹੋਟਲ 'ਤੇ, ਨਾਲੇ ਨਹਾਵਾਂਗੇ ਨਾਲੇ ਰੋਟੀ ਖਾਵਾਂਗੇ।
ਲੋ ਵੀ ਮਿੱਤਰੋ ਆ ਗਏ ਆਪਾਂ ਵੱਡੇ ਰੋਡ 'ਤੇ, ਅਤੇ ਹੁਣ ਪਹਾੜ ਦੇਖੋ ਤੁਸੀਂ ਨਾਲ ਨਾਲ ਕਿੰਨਾ ਘੈਂਟ ਲੱਗਦਾ ਪਿਆ। ਝਾੜਖੰਡ ਦਾ ਸ਼ਿਮਲਾ ਤੇ ਥੋੜਾ ਥੋੜਾ ਇੱਥੇ ਮੌਸਮ ਵੀ ਸ਼ਿਮਲੇ ਵਾਲਾ ਹੋਇਆ ਕਿ ਨਹੀਂ, ਠੰਡ ਲੱਗਦੀ ਪਈ ਆ, ਪਰ ਰਜਾਈ ਲੈ ਕੇ ਦੇ ਦਾਦੂ ਨੂੰ ਅੰਦਰੋਂ ਕੱਢ ਦੇਵੇ ਤੇ ਮਿਲਦੇ ਹਾਂ ਤੁਮਕੋ ਅੱਗੇ ਜਾ ਕੇ ਚਿਰਕੁੰਡਾ। ਲੋ ਜੀ ਮਿੱਤਰੋ, ਟਾਈਮ ਹੋ ਗਿਆ ਰਾਤ ਦੇ 10 ਵੱਜ ਗਏ ਆ ਤੇ ਆਪਾਂ ਐਂਟਰ ਕਰ ਗਏ ਆ ਬੰਗਾਲ ਦੇ ਵਿੱਚ। ਚਿਰਕੁੰਡਾ ਬਾਰਡਰ ਪਾਰ ਕੀਤਾ ਤੇ ਸਮਝੋ ਆਸਨਸੋਲ ਪਹੁੰਚ ਹੀ ਗਏ ਆ ਆਪਾਂ, ਥੋੜਾ ਹੀ ਆ। ਤੇ ਫੋਨ ਕੀਤਾ ਜੀ ਆਪਾਂ ਐਂਟਰੀ ਕਰਾਉਣ ਵਾਸਤੇ, ਉਹ ਕਹਿੰਦਾ ਲੋੜ ਨਹੀਂ ਐਂਟਰੀ ਕਰਾਉਣ ਦੀ, ਅੰਡਰਲੋਡ ਮਾਲ ਹੈ, ਹਾਈਟ ਨਹੀਂ ਹੈ ਤੇ ਡੰਡਾ ਟੈਕਸ ਆਪਣੇ ਕੋਲ ਹੈਗਾ, ਇਸ ਕਰਕੇ ਕਹਿੰਦਾ ਬਈ ਐਵੇਂ ਜਾਓ, ਕੋਈ ਦਿੱਕਤ ਨਹੀਂ, ਐਂਟਰੀ ਨਹੀਂ ਕਰਾਉਣ ਦੀ ਲੋੜ ਤੁਹਾਨੂੰ। ਅਤੇ ਬਈ ਜੇ ਇੱਥੇ ਤੱਕ ਬਾਈ ਕਿਸੇ ਨੂੰ ਵੀ ਵਲੋਗ ਵਧੀਆ ਲੱਗਿਆ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਵੈਸੇ ਤਾਂ ਸਬਸਕ੍ਰਾਈਬਰ ਬਥੇਰੇ ਆ ਆਪਣੇ, ਫਿਰ ਵੀ ਤੁਸੀਂ ਕਰ ਲਿਆ ਕਰੋ ਬਾ, ਕੋਈ ਦਿੱਕਤ ਵਾਲੀ ਗੱਲ ਨਹੀਂ, ਕੋਈ ਪੈਸਾ ਨਹੀਂ ਲੱਗੇਗਾ ਤੁਹਾਡਾ। ਅਤੇ ਇੱਧਰ ਬੰਦਾ ਬਿਜ਼ਨਸਮੈਨ ਬਣਿਆ, ਰਾਤੀ ਹਿਸਾਬ ਕਿਤਾਬ ਚੱਲਦਾ ਪਿਆ ਪੂਰੇ ਜ਼ੋਰਾਂ ਸ਼ੋਰਾਂ 'ਚ, ਕਹਿੰਦਾ ਪੱਖਾ ਇੰਨੇ ਦਾ ਲਾਇਆ, ਪੱਖਾ ਆਇਆ ਰੇਟ ਲੱਗਾ, ਆਪਾਂ ਵੇਚ ਦੇਣਾ ਸਵੇਰੇ ਸਾਰਾ ਜਾ ਕੇ ਜੋ ਵੀ ਲੱਗਾ। ਅਤੇ ਬਾਈ ਪੱਖਿਆਂ ਵਾਲੇ ਦਾ ਫੋਨ ਆ ਰਿਹਾ ਬਹੁਤ ਜ਼ਿਆਦਾ, ਪੱਖੇ ਵਾਲੇ ਦਾ ਸਭ ਤੋਂ ਜ਼ਿਆਦਾ ਫੋਨ ਆਇਆ। ਗਲੂਕੋਸ਼ ਕਿਸੇ ਨੂੰ ਨਹੀਂ ਚਾਹੀਦਾ ਉੱਥੇ, ਮਤਲਬ ਬਿਮਾਰ ਬਿਮੂਰ ਕੋਈ ਨਹੀਂ ਹੈ, ਬਸ ਗਰਮੀ ਨਾਲ ਹੀ। ਉਹ ਕਹਿੰਦੇ ਬਈ ਪੱਖੇ ਲੈ ਆਓ, ਜੇ ਪੱਖੇ ਟਾਈਮ ਨਾਲ ਨਹੀਂ ਆਏ ਤਾਂ ਗਲੂਕੋਸ਼ ਲਾਉਣਾ ਪੈ ਜਾਣਾ। ਅਤੇ ਆਪਾਂ ਐਸੇ ਕਰਕੇ ਨਾਲ ਗਲੂਕੋਸ਼ ਵੀ ਚੱਕ ਲਿਆ ਕਿ ਨਹੀਂ, ਨਾਲ ਦਵਾਈਆਂ ਵੀ ਦੇ, ਜ਼ਿਆਦਾ ਕੋਈ 3-5 ਕਰੇਗਾ ਗੋਂਦ ਵੀ ਹੈ ਚਪਕਾ ਦਾਂਗੇ ਕਿ ਨਹੀਂ। ਅਤੇ ਹੁਣ ਮਿਲਦੇ ਹਾਂ ਤੁਹਾਨੂੰ ਚੱਲ ਕੇ, ਆਪਾਂ ਜਿੱਥੇ ਖਾਵਾਂਗੇ ਰੋਟੀ, ਰੋਟੀ ਖਾਵਾਂਗੇ ਵਰਧਮਾਨ, ਅਤੇ ਵਰਧਮਾਨ ਉਹ ਤੁਹਾਨੂੰ ਪਤਾ ਹੀ ਲੱਗਣਾ ਕਦੋਂ ਖਾ ਲਈ ਆਈ ਰੋਟੀ, ਕਿਉਂਕਿ ਵਲੋਗ ਦਾ ਐਂਡ ਕਰਨ ਲੱਗਿਆ ਸੀ ਇੱਥੇ ਹੀ, 2 ਦਿਨ ਹੋ ਗਏ ਨੇ। ਜੇ ਦਾ ਐਂਡ ਹੁਣ ਕਰਾਂਗਾ ਐਡਿਟ ਹੋਏਗਾ ਮਾੜਾ ਮੋਟਾ, ਅਤੇ ਡਾਊਨਲੋਡ ਹੋਏਗਾ ਫਿਰ ਅਪਲੋਡ ਹੋਏਗਾ, ਤਾਂ ਕੱਲ੍ਹ ਨੂੰ ਤੁਹਾਡੇ ਤੱਕ ਪਹੁੰਚਣਾ। ਅਤੇ ਇਸ ਕਰਕੇ ਆਪਾਂ ਮਿਲਦੇ ਹਾਂ ਅਗਲੇ ਵਲੋਗ 'ਚ। ਆਪਣਾ ਖਿਆਲ ਰੱਖੋ, ਆਪਣੇ ਪਰਿਵਾਰ ਦਾ ਖਿਆਲ ਰੱਖੋ, ਰੱਬ ਰਾਖਾ, ਸਤਿ ਸ਼੍ਰੀ ਅਕਾਲ, ਬਾਏ ਬਾਏ, ਗੁੱਡ ਨਾਈਟ, ਅਤੇ ਸੋ ਜਾਓ ਸਾਰੇ ਆਰਾਮ ਨਾਲ।